ਆਪਣੇ ਕੋਲ ਹੈਗੀ ਹੈ ਜੀ 18-19 ਕਿੱਲੇ ਜ਼ਮੀਨ ਆ ਜੀ। ਹਾੜ ਆਉਂਦੇ ਆ ਜੀ, ਨੁਕਸਾਨ ਪੈਲੀ ਸਾਰੀ ਖਰਾਬ ਹੋ ਜਾਂਦੀ ਆ, ਜੋ ਵੀ ਫਸਲ ਉਗਾਈ ਹੁੰਦੀ ਆ ਸਾਰੀ ਤਬਾਹ ਹੋ ਜਾਂਦੀ ਆ ਜੀ, ਅਤੇ ਰੇਤਾ ਚੜ੍ਹ ਜਾਂਦੀ ਪੈਲੀ ਦੇ ਵਿੱਚ, ਪੈਲੀ ਬਿਜਾਊ ਯੋਗ ਨਹੀਂ ਜੀ ਰਹਿੰਦੀ ਦੁਬਾਰਾ। ਖਾਲ ਸਾਈਡ ਨੇ ਜੀ ਬੜੇ 5-5-6-6 ਫੁੱਟ ਰੇਤਾ ਪਈ ਸੀ, ਸਾਡੀ ਬਾਂਹ ਫੜੀ ਆ ਕੇ ਸਾਡੀਆਂ ਪੈਲੀਆਂ ਬਣ ਗਈਆਂ, ਨਹੀਂ ਤਾਂ ਸਾਡੇ ਵੱਸ ਦਾ ਰੋਗ ਨਹੀਂ ਸੀ, ਪੈਲੀਆਂ ਨਹੀਂ ਬਣਾ ਸਕਦੇ ਅਸੀਂ। ਅਸੀਂ ਤਾਂ ਖਾਲ ਸਾਈਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਨੂੰ ਦੁਬਾਰੇ ਫਸਲ ਬੀਜਣ ਯੋਗੇ ਕਰਤਾ, ਪੈਲੀਆਂ ਬਣਾ ਤੀਆਂ ਵਾ। ਹਾਂ, ਬਹੁਤ ਜ਼ਿਆਦਾ ਖੁਸ਼ੀ ਆ ਜੀ ਅੱਜ ਜੀ। ਪਹਿਲਾਂ ਰੇਤਾ ਚੁੱਕੀ ਆ ਉੱਧਰ, ਸੁੱਟੀ ਆ ਟੋਏ ਦੇ ਵਿੱਚ, ਹੁਣ ਕਿਰਾਇਆ ਕਿਰਾਇਆ ਮਾਰਨ ਵਾਲਾ ਸੀ, ਖਾਲ ਸਾਈਡ ਨੇ ਤੇਲ ਦਿੱਤਾ ਅਤੇ ਕਿਰਾਇਆ ਕਿਰਾਇਆ ਮਾਰਨ ਦੇ ਆ ਜੀ। ਘਰ ਦੇ ਹਾਲਾਤ ਮਾੜੇ ਹੀ ਆ ਜੀ, ਦੂਜਾ ਜਦੋਂ ਤੁਹਾਨੂੰ ਪਤਾ ਬਾਹਰ ਹੋਵੇ ਨਾ ਫਸਲ ਅਤੇ ਘਰ ਦੇ ਹਾਲਾਤ ਕਾਹਦੇ ਹੁੰਦੇ ਆ, ਮਾੜੇ ਹੀ ਆ। ਖਾਲ ਸਾਈਡ ਨੇ ਬਹੁਤ ਮਦਦ ਕੀਤੀ ਆ, ਬਹੁਤ ਬਹੁਤ ਧੰਨਵਾਦ ਕਰਦੇ ਸੀ ਖਾਲ ਸਾਈਡ ਦਾ ਕਿ ਸਾਨੂੰ ਪੈਲੀ ਬਣਾ ਕੇ ਦਿੱਤੀ, ਅਸੀਂ ਦੁਬਾਰੇ ਫਸਲ ਬੀਜਣ ਯੋਗੇ ਹੋ ਗਏ ਹਾਂ ਜੀ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।